हाँ भाई बर्फ जमी मैं वेखी है ना वे। क्या बात है यार, आ वे पाइपा ए बर्फ जमी है ए, ए, ए। पाई फिर दे सारे। हाँ। लाया भी आ काली बच गए जा जमा मैं पता नहीं किन्ना खुब गया अठ रह जाइए काम ओ इधर हो भाई यार वेर ला है अपना भी छत्ती तीर लोगों भी छत्ती तीर दिसी जाता लार ट्रैक्टर एक आया ना अपनी हक गिरते हक नहीं भी करनी हक उच्ची पई है हक बाली उच्ची है ते आवे लार आ ट्राला मूरे मूरे घट दे गट्टे दे मगर जा दे जमा ट्रैक्टर ते भार ही नहीं गा पीछे कर ला सारा 20-25 किलोमीटर जाना ते बैठे नु हुणे पूरा पता लगी जांदा भई ओना कंफर्टेबल नहीं आ ऐ जरूर कोई टक्कर दे तां बिठा लो इन्ना का फायदा कर दे बस चल मित्र कल नू वारी आऊगी इथे लाता साइड जी ते ओ शांति होंदी ओ दिखाउणा थानू मैं मशीन ते 8-10 ट्रैक्टर खड़े आ मूरे हिंदुस्तान 35 का मेरे बहुत है ना बाहर निकलते हैं किसी मंडी मुंडी वन सवन ट्रैक्टर आते जमा 35 घर ही बने देने बाकी ये तो लोगों बोली जानकारी आप कमेंट कर देंगे 35 घर ही छो ही 35 घर नहीं नहीं यार हिंदुस्तान ही है आवे इतों गेरा को फर्क है ना फर्क आ हांडी इन्नी प्लेन थोड़ी आ तेरे वाले जी
ਪੈਂਤੀ ਕਰਾਂ ਦੀ ਜਿਵੇਂ ਇਹਦੀ ਇੱਥੋਂ ਆਏ ਪੈਡਲ ਤਾਂ ਸਿੰਗਲ ਹੀ ਆ ਮੂਹਰਲਾ ਸਿਸਟਮ ਸੀ ਉਵੇਂ ਹਿੱਸਾ ਵੀ ਚੇਂਜ ਆ ਅਗਲਾ ਫਰਕ ਬਹੁਤ ਆ ਚਾਚਾ ਇਹ ਜੀਟਰ ਤੇ ਹਿੰਦੁਸਤਾਨ ਬਾਰੇ ਸਾਨੂੰ ਸਵਾਰ ਕੇ ਜਾਣਕਾਰੀ ਕਮੈਂਟਾਂ ਦੇ ਵਿੱਚ ਦਿੱਤੀ ਜਾਵੇ ਮਗਰੋਂ ਵੇਖ ਹੱਟ ਸਿਸਟਮ ਫਰਕ ਆ ਕਾਫੀ ਫਰਕ ਆ ਇਹਦਾ ਵਿਚਾਰਾ ਕਿਰਾਏ ਤੇ ਚੱਲਦਾ ਇਹ ਦੋ ਇਮਾਰਤਾਂ ਤਾਂ ਹੁੰਦੀਆਂ ਵੀ ਇੱਕ 'ਚ ਸ਼ੂਗਰ ਫਰੀ ਆਲੂ ਲੱਗਦਾ ਜਿਵੇਂ ਆਲੂ ਆਪਣਾ ਐਲ ਆਰ ਅਤੇ ਡਾਇਮੰਡ ਅਤੇ ਉੱਧਰ ਦੂਜੇ ਕੁਫਰੀ ਸੰਧੂਰੀ ਅਰਕੇ ਸਾਰੇ ਲੱਗ ਜਾਂਦੇ ਜਿਹੜੇ ਸ਼ੂਗਰ ਆਹ ਸ਼ੂਗਰ ਫਰੀ ਦਾ ਅੱਡੀ ਇਮਾਰਤ ਇਹਨਾਂ ਨੇ ਡੈੱਕ ਛੱਡੀ ਰੱਖਿਆ ਪਤੰਦਰਾਂ ਨੇ ਚਾਬੀ ਵਿੱਚ ਹੀ ਛੱਡਣੀ ਪੈਂਦੀ ਕਈ ਵਾਰੀ ਗਾਹਾਂ ਕਰਨਾ ਹੋਵੇ ਪਰ ਡੈੱਕ ਇਹਨਾਂ ਨੇ ਛੱਡੀ ਰੱਖਿਆ ਅਤੇ ਇਹਨੇ ਬੈਟਰੀ ਲੋਅ ਕਰਤੀ ਹੁਣ ਸੜਫ ਨਹੀਂ ਜਾਂਦਾ ਹੁਣ ਧੱਕਾ ਲਾਉਣਾ ਹੁੰਦਾ ਧੱਕਾ ਨਾਲ ਹੀ ਚਲੇਂਗੇ ਹਮ ਵੀ ਤੂੰ ਖਾਲੀ ਤਰਾਣਾ ਬਈਆ ਅੱਛਾ ਤੂੰ ਇੱਥੋਂ ਤੱਕ ਹੀ ਆਉਣਾ ਐਂ ਤਾਂ ਫਿਰ ਪਾਰਟੀ ਫੁੱਲ ਜਾਣਾ ਸਹੀ ਗੱਲ ਹੈ ਨਾ ਆਹ ਜਗਾੜ ਕਿਆ ਬਾਤ ਹੈ ਯਾਰ ਗੋਰੇ ਨਿਕਲੇ ਹੋਣਾ ਗਰਮੀ ਗਰਮੀ ਲੱਗੇ ਰਹੇ ਸਾਰੇ ਠੰਡ ਚ ਐ ਨੂੰ ਜਾਣਾ ਅੱਛਾ ਐਂ ਤਾਂ ਸਰਾਣਾ ਆ ਗਿਆ ਇਹਦਾ ਆਹ ਪਾਈਪਾਂ ਠੰਡੀਆਂ ਇਹ ਠੰਡ ਦਿੰਦੀਆਂ ਆ ਰਿਹਾ ਕੰਮ ਅੱਛਾ ਆ ਵੇ ਇਹਦੇ 'ਤੇ ਉੱਤੇ ਪੱਖੇ ਚੱਲਦੇ ਆ ਅਤੇ ਇਹਦੇ ਵਿੱਚ ਉਹ ਆ ਆਵੇ ਠੀਕ ਆ ਯਾਰ ਕੰਮ ਹੋਏ 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 ਫਿਰ ਦਮ ਘੁੱਟਦਾ ਉਹ ਵੇ ਬਰਫ਼ ਜੰਮੀ ਪਈ ਕਿਆ ਬਾਤ ਹੈ ਆਹ ਸਿਸਟਮ ਹੁੰਦਾ ਬਈ ਬਰਫ਼ ਜੰਮੀ ਪਈ ਆਵੇ ਉੱਤੇ ਪੱਖੇ ਲੱਗੇ ਇਹਨਾਂ ਨੇ ਥੱਲੇ ਵੇਚ ਦੀ ਹਵਾ ਕ੍ਰੋਸ ਹੋਈ ਜਾਣੀ ਮਰਦੇ ਆ ਸਾਹ ਖਣੀ ਦਾ ਥੱਲੋਂ ਚੜ ਕੇ ਤਾਂ ਚੜਦਾ ਖਣੀ ਊਂ ਹੀ ਆਕਸੀਜਨ ਦੀ ਕਮੀ ਹੋ ਜਾਂਦੀ ਇੱਥੇ ਆਪਣੇ ਗੱਟੇ ਹੀ ਵੇਖ ਲਈ ਕਿੱਧਰ ਲਾਈ ਜਾਂਦੇ ਬਾਹਰ ਹੋਰ ਹੀ ਨਾ ਚੁੰਡ ਚੰਡ ਚਲਾ ਦੇ ਸਾਡੇ ਗੱਟੇ ਤੁਸੀਂ ਆਹ ਵੇ ਪਾਈਪਾਂ ਐਂ ਬਰਫ਼ ਜੰਮੀ ਹੈ ਇਹ ਕੋਟ ਪਾਈ ਫਿਰਦੇ ਸਾਰੇ ਹਾਂ ਸਹੀ ਗੱਲ ਤਾਂ ਹੀ ਤੁਸੀਂ ਕੋਟ ਕਾਟ ਪਾਈ ਫਿਰਦੇ ਨਹੀਂ ਤਾਂ ਭੁੱਲੇ ਪਏ ਓਏ ਹੋਏ 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 ਐਂ ਜੇ ਲਾ ਦੇ ਵਿੱਚ ਹੀ ਲਾ ਦੇ ਇਹਨੇ ਤਾਂ ਬਾਈ ਦੇ ਬਲਾ ਦੂਜਿਆਂ ਨੇ ਕਿਸੇ ਦੇ ਇਹ ਨਾ ਇਹ ਨੰਬਰ ਲਾਈ ਬੈਠੇ ਸਹੀ ਗੱਲ ਹੈ ਯਾਰ ਇਹ ਬੋਰਿੰਗ ਵਾਲੇ ਅੱਡ ਆ ਹਨਾ ਬਾਈ ਬੋਰਿੰਗ ਵਾਲੇ ਅੱਡ ਲਾਉਂਦੇ ਹੋਵੋਗੇ ਬੋਰੀ ਬੋਰੀ ਤੇ ਦੂਜੇ ਅੱਡ ਲਾਉਂਗੇ ਜਾਲੀ ਵਾਲੇ ਹਨਾ ਇਹਦੇ ਚੋਂ ਸਾਡਾ ਜਾਲੀ ਵਾਲਾ ਤਾਂ ਨਹੀਂ ਨਾ ਲਾਉਂਦੇ ਇਹ ਤਾਂ ਇਹਦੇ ਵਿੱਚ ਲਾ ਦਾਂਗੇ ਇੱਥੇ ਅੱਛਾ ਫਿਰ ਸਹੀ ਮੈਂ ਕੀ ਬੋਰੀ ਬੋਰੀ ਅੱਡ ਹੋਵੇ ਇਹ ਇਹਦੇ 'ਚ ਗਏ ਜਿਵੇਂ ਕਾਰ ਦੇ ਉਹਦੇ 'ਚ ਹੁੰਦੀ ਹੈ ਕਾਰ ਦੇ ਮੂਹਰੋਂ ਜਿਹੜੀ ਨਾਲੀ ਆਉਂਦੀ ਹੁੰਦੀ ਕਨੈਸਰ 'ਤੇ ਉਹ ਵੀ ਐਂ ਠੰਡੀ ਹੁੰਦੀ ਹੈ ਐਂ ਠੰਡੀ ਹੁੰਦੀ ਹੈ ਉਹਦੇ ਕੋਲੋਂ ਫਿਰ ਗਾਂ ਬਲੋਰ ਸੜਦੇ ਆ ਗਾਂ ਠੰਡੀ ਹਵਾ ਆਹ ਵੀ ਹੁਣ ਪੱਖੇ ਆਉਣ ਇਹਦੇ ਵਿੱਚ ਦੀ ਹਵਾ ਠੰਡੀ ਹੋ ਥੱਲੇ ਜਾਈ ਜਾਂਦੀ ਹੈ ਆਈ ਹੈ ਬਾਈ ਚੱਲ ਫਿਰ ਚੱਲ ਗਏ ਯਾਰ ਉਹ ਉੱਥੇ ਆਪਾਂ ਨੂੰ ਹੁਣ ਇਹਨਾਂ ਨੂੰ ਪਤਾ ਬੀਬੂ ਵਾਲੇ ਕੀ ਸਿਸਟਮ ਹੈ ਅਤੇ ਫਿਰ ਉੱਥੇ ਚੱਲ ਗਏ
ਉੱਥੇ ਚੱਲ ਗਏ ਫਿਰ ਇਹਦਾ ਗੱਟੇ ਤਾਂ ਆ ਗਏ ਆਪਣੇ ਸਮਝ ਇੱਕ ਦੂਜੇ ਦੇ ਨਾਲ ਸੜਦੇ ਆ ਨਹੀਂ ਯਾਰ ਰਾਜ ਨਹੀਂ ਸੜਦੇ ਸੜਦੇ ਤਾਂ ਇੱਥੇ ਹੀ ਆ ਉਹ ਤਾਂ ਬਦਲਾਇਆ ਬੰਦਾ ਬਦਲਦਾ ਲੱਗਦਾ ਕਿ ਨਹੀਂ ਜੰਮੂ ਕਸ਼ਮੀਰ ਇੱਥੇ ਜਾਵਾਂ ਜਾਵਾਂ ਬਈ ਬੰਦਾ ਬਦਲਦਾ ਇੱਕ ਪੌੜੀ ਚੜ੍ਹਨਾ ਬੰਦੇ ਨੇ ਹਰੇਕ ਨੇ ਖੜ ਜੀ ਸਿਹਰਾ ਸਾਨੂੰ ਨਿਕਲੇ ਹੁਣ ਦੇ ਟਰੈਕਟਰ ਚੱਲੀ ਜਾਂਦਾ ਹੱਥ ਆਪਣਾ ਟਰੈਕਟਰ ਬੰਦ ਕਰ ਦਈਏ ਕਰ ਦਈਏ ਕੋਟਕਪੂਰਾ ਤੋਂ ਮੁਕਤਸਰ ਰੋਡ ਦੇ ਉੱਤੇ ਜਿਹੜਾ ਹੈਗਾ ਗੋਦਾਮ ਗੋਦਾਮ ਆਖੀ ਨੇ ਸੋਰੀ ਕੋਲਡ ਸਟੋਰ ਭਾਈ ਮਿੱਤਰੋ 183 ਗੱਟੇ ਨਿਕਲੇ ਕਿੱਲੇ ਦੇ ਸਾਰੇ ਸਣੇ ਗੋਲੀ ਦੇ ਪੈਨ ਗੱਟੇ